ਪੰਜਾਬ ਪਲਾਈਵੁੱਡ ਮੈਨੂਫੈਕਚਰਸ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਹੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਲੱਕੜ ਉਦਯੋਗ ਸੰਕਟ ਦੇ ਵਿੱਚ ਹੈ ਔਰ ਸਰਕਾਰ ਨੂੰ ਅਵੈਧ ਲਾਇਸੈਂਸ ਦੇ ਮੁੱਦਿਆਂ ਨੂੰ ਦੂਰ ਕਰਨ ਦੀ ਆਵਸ਼ਕਤਾ ਹੈ, ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਇਹ ਉਦਯੋਗ ਪੰਜਾਬ ਤੋਂ ਖਤਮ ਹੋ ਜਾਵੇਗਾ। ਲੁਧਿਆਣਾ ਤੋਂ ਅੱਜ ਦੀ ਜਿਹੜੀ ਇਹ ਪੰਜਾਬ ਪਲਾਈਵੁੱਡ ਮੈਨੂਫੈਕਚਰ ਐਸੋਸੀਏਸ਼ਨ ਦੀ ਮੀਟਿੰਗ ਹੈ, ਇਹ ਇਸ ਮੁੱਦੇ ਨੂੰ ਲੈ ਕੇ ਰੱਖੀ ਗਈ ਹੈ ਕਿ ਪੰਜਾਬ ਦੇ ਵਿੱਚ ਪਾਪੂਲਰ ਸਫੇਦਾ ਦੀ ਵੁੱਡ ਦੀ ਬਹੁਤ ਸ਼ੋਰਟੇਜ ਹੈ ਔਰ ਪਹਿਲੀ ਜਿਹੜੀ ਇੰਡਸਟਰੀ ਸਾਡੀ ਅੱਜ ਲੱਗੀ ਹੋਈ ਉਹ ਬੜੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਔਰ ਇਸ ਵੇਲੇ 25 ਤੋਂ ਲੈ ਕੇ 30% ਇੰਡਸਟਰੀ ਜਿਹੜੀ ਹੈ ਉਹ ਪ੍ਰੋਡਕਸ਼ਨ ਕਰ ਰਹੀ ਹੈ ਅਤੇ ਇਸ ਵੇਲੇ ਸਰਕਾਰ ਦਾ ਇਹ ਫੈਸਲਾ ਕਿ ਅਸੀਂ ਨਵੇਂ ਲਾਇਸੈਂਸ ਇੰਡਸਟਰੀ ਨੂੰ ਦੇਵਾਂਗੇ, ਇਹਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ। ਪਹਿਲੀ ਇੰਡਸਟਰੀ ਨੂੰ ਬਚਾਓ, ਇਹ ਨਹੀਂ ਕਿ ਪਹਿਲੀ ਇੰਡਸਟਰੀ ਨੂੰ ਬੰਦ ਕਰਕੇ ਨਵੀਂ ਇੰਡਸਟਰੀ ਨੂੰ ਆਉਣ ਦਿਓ। ਇੱਕ ਤਾਂ ਇਹ ਪੁਆਇੰਟ ਸਾਡਾ ਅੱਜ ਦਾ ਬੜਾ ਇੰਪੋਰਟੈਂਟ ਪੁਆਇੰਟ ਹੈ। ਦੂਜਾ ਦੇਖੋ, ਸਭ ਤੋਂ ਵੱਡੀ ਗੱਲ ਇਹ ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਫੈਸਲਾ, ਉਹਨੇ ਸੈਂਟਰਲ ਇੰਪਾਵਰਡ ਕਮੇਟੀ ਕੰਸਟੀਚਿਊਟ ਕੀਤੀ ਜਿਹਦੇ 'ਚ ਉਹਨੇ ਇਹ ਕਿਹਾ, ਸੈਂਟਰਲ ਇੰਪਾਵਰਡ ਕਮੇਟੀ ਨੇ, ਕਿ ਲਾਇਸੈਂਸ ਸ਼ੁੱਡ ਬੀ ਇਸ਼ੂਡ ਸਬਜੈਕਟ ਟੂ ਅਵੇਲੇਬਿਲਟੀ ਆਫ ਵੁੱਡ। ਜਦੋਂ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿੰਨੀ ਲੱਕੜ ਉਹਨੇ ਲਾਇਸੈਂਸ ਦਿਓ, ਅੱਜ ਜਦੋਂ ਸਾਡੇ ਕੋਲ ਡਾਟਾ ਹੈਗੇ ਕਿ ਲੱਕੜ ਦੀ ਬਹੁਤ ਸ਼ੋਰਟੇਜ ਹੈ, ਅਤੇ ਉਹ ਸੁਪਰੀਮ ਕੋਰਟ ਦੀ ਵਾਇਓਲੇਸ਼ਨ ਹੈ ਜਿਹਨੂੰ ਅਸੀਂ ਕੰਟੈਂਪਟ ਆਫ ਕੋਰਟ ਵੀ ਕਹਿ ਸਕਦੇ ਹਾਂ। ਇਸ ਕਰਕੇ ਅਗਰ ਸਾਨੂੰ ਸੁਪਰੀਮ ਕੋਰਟ ਦੀ ਦੁਬਾਰਾ ਵੀ ਜਾਣਾ ਪਿਆ ਇਹ ਕਹਿਣ ਵਾਸਤੇ ਕਿ ਤੁਹਾਡੇ ਆਰਡਰ ਦੀ ਉਲੰਘਣਾ ਹੋ ਰਹੀ ਹੈ ਔਰ ਨਵੇਂ ਲਾਇਸੈਂਸ ਦੇਣਾ ਗੈਰ ਕਾਨੂੰਨੀ ਹੈ, ਇਹ ਅਸੀਂ ਸੁਪਰੀਮ ਕੋਰਟ ਤੱਕ ਵੀ ਅਪਰੋਚ ਕਰਾਂਗੇ। ਸੋ ਇਸ ਕਰਕੇ ਅਸੀਂ ਅੱਜ ਜਿਹੜੀ ਮੀਟਿੰਗ ਹੈ ਇਹਦੇ ਸਭ ਤੋਂ ਮੇਨ ਸਾਡਾ ਹੈਗਾ ਕਿ ਨੋ ਨਿਊ ਲਾਇਸੈਂਸ ਸ਼ੁੱਡ ਬੀ ਇਸ਼ੂਡ ਸਿੰਸ ਆਲਰੇਡੀ ਵੁੱਡ ਇਜ਼ ਇਨ ਵੈਰੀ ਸ਼ੋਰਟ ਪੋਜੀਸ਼ਨ। ਜਿਹੜਾ ਅੱਜ ਇਹ ਅਸੀਂ ਪੜ੍ਹਿਆ ਵੀ ਨਵੇਂ ਲਾਇਸੈਂਸ ਇਸ਼ੂ ਕੀਤੇ ਜਾ ਰਹੇ ਨੇ, ਇਹ ਬਹੁਤ ਹੀ ਗਲਤ ਗੱਲ ਆ, ਕਿਉਂਕਿ ਸਾਡੇ ਕੋਲ ਆਲਰੇਡੀ ਲੱਕੜ ਤਾਂ ਹੈ ਹੀ ਨਹੀਂ ਹੈ। ਲੱਕੜ ਜਿਹੜੀ ਆ ਇਹ ਘੱਟ ਕੇ 20% ਰਹਿ ਗਈ ਆ ਜਦੋਂ ਤੇ ਲਾਇਸੈਂਸ ਦਿੱਤੇ ਸੀ। ਲੱਕੜ ਨੂੰ ਵਧਾਉਣ ਬਾਰੇ ਸੋਚਣਾ ਚਾਹੀਦਾ ਸਰਕਾਰ ਨੂੰ, ਨਹੀਂ ਤਾਂ ਜੇ ਪ੍ਰਾਈਵੇਟ ਇੰਡਸਟਰੀ ਬੰਦ ਹੋ ਗਈ ਤਾਂ ਇਹ ਸਾਡਾ ਪ੍ਰਿਆਵਰਨ ਖਰਾਬ ਹੋ ਜੂਗਾ ਅਤੇ ਸਾਰਾ ਪੰਜਾਬ ਆ ਜਿਹੜਾ ਬੰਜਰ ਹੋ ਜੂਗਾ। ਜੇ ਪ੍ਰਾਈਵੇਟ ਇੰਡਸਟਰੀ ਬੰਦ ਹੋ ਗਈ ਤਾਂ ਇਹਦੇ ਨਾਲ ਪੰਜਾਬ ਦੇ ਵਿੱਚ ਕੁਛ ਵੀ ਕੋਈ ਕਾਰੋਬਾਰ ਨਹੀਂ ਰਹਿਣਾ, ਜ਼ਿਮੀਂਦਾਰ ਵੀ ਸਾਡਾ ਭੁੱਖਾ ਮਰ ਜੂਗਾ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ, ਬਈ ਝੋਨਾ ਬੀਜਣ ਨਾਲੋਂ ਪਾਪੂਲਰ ਸਫੈਦਾ ਬੀਜਿਆ ਜਾਵੇ, ਇਹਦੇ ਵਿੱਚ ਇਨਕਮ ਵੀ ਜਿਹੜੀ ਹੈਗੀ ਆ ਜ਼ਿਮੀਂਦਾਰ ਨੂੰ ਇਹਦੇ ਕਣਕ ਜਾਂ ਝੋਨੇ ਨਾਲੋਂ ਕੋਈ 4 ਗੁਣਾ ਜ਼ਿਆਦਾ ਹੈ ਅਤੇ ਸਾਡਾ ਪਾਣੀ ਦੀ ਬੜੀ ਸੇਵਿੰਗ ਹੋਊਗੀ। ਪਾਣੀ ਦਾ ਜਿਹੜਾ ਸਾਡੀ ਸਤਰ ਜਾ ਕੇ ਥੱਲੇ ਬਹੁਤ ਥੱਲੇ ਜਾ ਚੁੱਕੀ ਆ, ਇਹਦੇ ਨਾਲ ਇਹ ਉੱਠੂਗੀ, ਪਾਣੀ ਵੀ ਬਹੁਤ ਘੱਟ ਲੱਗੂਗਾ ਪਾਪੂਲਰ ਸਫੈਦੇ ਨੂੰ, ਸਾਡਾ ਪ੍ਰਿਆਵਰਨ ਵੀ ਸਹੀ ਹੋਊਗਾ, ਸਾਡਾ ਜ਼ਿਮੀਂਦਾਰ ਵੀ ਖੁਸ਼ਹਾਲ ਹੋਊਗਾ, ਸਾਡੀ ਇੰਡਸਟਰੀ ਵੀ ਖੁਸ਼ਹਾਲ ਹੋਊਗੀ।